ਕੁੱਜਾ ਭਰ ਕੇ ਰੱਖ ਦਿੱਤਾ। ਸਤਿਗੁਰੂ ਗਰੀਬ ਨਿਵਾਜ ਜੀ ਦੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਕੁੱਜਾ ਆਪਣੇ ਬੁੱਕਲ 'ਚ ਲੁਕੋ ਕੇ ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਆ ਗਏ। ਲਿਆ ਕੇ ਜਦੋਂ ਕੁੱਜਾ ਘਿਓਦਾ ਭਰਿਆ ਭੇਟਾ ਕੀਤਾ, ਮਹਾਰਾਜ ਕਹਿਣਗੇ ਭਾਈ ਇਹ ਕੀ ਲਿਆਇਆ? ਕਹਿੰਦੇ ਜੀ ਮੱਖਣ ਲਿਆਇਆ। ਹਾਂ ਸਤਿਗੁਰੂ ਜੀ ਕਹਿਣ ਲੱਗੇ ਮਾਪਿਆਂ ਤੋਂ ਚੋਰੀ ਲਿਆਇਆ ਜਾਂ ਚਲਾ ਜਾ, ਅਸੀਂ ਨਹੀਂ ਇਹ ਰੱਖਣਾ। ਸੋ ਜਦੋਂ ਇੰਨੀ ਬਚਨ ਕਿਹਾ ਤਾਂ ਬਾਬਾ ਬੁੱਢਾ ਜੀ ਬਹੁਤ ਹੀ ਵਿਰਾਗ ਵਿੱਚ ਆ ਕੇ ਨੇਤਰਾਂ 'ਚੋਂ ਜਲ ਚੱਲਣ ਲੱਗ ਪਿਆ। ਮਹਾਰਾਜ ਕਹਿਣਗੇ ਭਾਈ ਅਸੀਂ ਤੈਨੂੰ ਕੁਝ ਕਿਹਾ ਤਾਂ ਨਹੀਂ ਗਾ, ਇੰਨੇ ਕਹਿੰਦੇ ਤੂੰ ਘਿਓ ਚੋਰੀ ਲਿਆ ਤਾਂ ਅਸੀਂ ਨਹੀਂ ਰੱਖਣਾ, ਲੈ ਜਾ। ਉਸ ਵੇਲੇ ਬਾਬਾ ਜੀ ਨੇ ਬਹੁਤ ਹੀ ਵਿਰਾਗ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਮਾਤਾ ਪਿਤਾ ਤਾਂ ਮੇਰੇ ਪਤਾ ਨਹੀਂ ਕਦੋਂ ਕੁੱਟਣਗੇ, ਜਿਹੜੀ ਮਾਰ ਅੱਜ ਤੁਸਾਂ ਮੈਨੂੰ ਮਾਰ ਦਿੱਤਾ ਮੈਨੂੰ ਕਿਹਨੇ ਮਾਰਨਾ? ਤੁਹਾਡਾ ਫਰਜ਼ ਤਾਂ ਇਹ ਬਣਦਾ ਸੀ ਕਿ ਸਾਰਾ ਕੁਝ ਜਿਸ ਤਰ੍ਹਾਂ ਕੱਲ੍ਹ ਤਿਆਰ ਕਰਕੇ ਭੇਜਿਆ ਸੀ, ਅੱਜ ਹੋਰ ਪ੍ਰੇਮ ਦਾ ਘਿਓ ਵਿੱਚ ਬਹੁਤਾ ਪਾ ਕਰਕੇ ਮੇਰੀ ਰਿਦੇ ਰੂਪੀ ਠੂਠੀ ਵਿੱਚ ਮੇਰੀ ਬਿਰਤੀ ਨੂੰ ਹੋਰ ਸੰਸਾਰ ਵੱਲੋਂ ਉਪਰਾਮ ਕਰਨ ਨੂੰ ਉਕਸਾ ਕੇ ਇਹਨੂੰ ਗਿਆਨ ਦੀ ਤੀਲੀ ਲਾ ਕੇ ਹੋਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ। ਤੁਸੀਂ ਤਾਂ ਸੱਚੇ ਪਾਤਸ਼ਾਹ ਅਗਲਾ ਘਿਓ ਵੀ ਮੇਰਾ ਡੋਲਣਾ ਸ਼ੁਰੂ ਕਰ ਦਿੱਤਾ, ਇਦੋਂ ਵੱਡੀ ਮਾਰ ਮੇਰੇ 'ਤੇ ਹੋਰ ਕੋਈ ਕੀ ਮਾਰੇਗਾ? ਸੁਣ ਕਰਕੇ ਮਹਾਰਾਜ ਹੱਸ ਕੇ ਮੁਸਕਰਾ ਕੇ ਜਰਾ ਕਹਿਣਗੇ ਭਾਈ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਜਦੋਂ ਇਹ ਗੱਲ ਕਹੀ ਸੋ ਬਾਬਾ ਜੀ ਦੇ ਸਰੀਰ ਦਾ ਜਿਹੜਾ ਆਕਾਰ ਸੀ ਉਹ ਬਜ਼ੁਰਗਾਂ ਵਾਲਾ ਹੋ ਗਿਆ। ਇੰਨੇ ਚਿਰ ਨੂੰ ਮਾਤਾ ਪਿਤਾ ਆ ਗਏ, ਆ ਕੇ ਕਿਹਾ ਜੀ ਸਾਡਾ ਪੁੱਤਰ ਇੱਥੇ ਆਇਆ ਸੀ ਮਹਾਰਾਜ, ਕਹਿੰਦੇ ਭਾਈ ਆ ਬੈਠਾ ਹੈ, ਵੇਖ ਕੇ ਮਹਾਰਾਜ ਨੇ ਕਿਹਾ ਸਿਆਣ ਲਵੋ। ਉਸ ਵੇਲੇ ਜਦੋਂ ਸਿਆਣਿਆਂ ਸਰੀਰ ਦਾ ਆਕਾਰ ਬਦਲਿਆ ਸੀ, ਮਾਤਾ ਜੀ ਅਤੇ ਜੋ ਬਾਬਾ ਜੀ ਦੇ ਪਿਤਾ ਜੀ ਸਨ ਉਹ ਵਾਪਸ ਮੁੜ ਗਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੇਵਾ ਵਿੱਚ ਬਾਬਾ ਜੀ ਲੱਗ ਗਏ। ਉਸ ਵੇਲੇ ਮਾਰ ਨੇ ਪ੍ਰਸੰਨ ਹੋ ਕੇ ਕਿਹਾ, ਜਦੋਂ ਬਾਬਾ ਜੀ ਨੇ ਬੇਨਤੀ ਕੀਤੀ ਜੀ ਮੈਂ ਤਾਂ ਬਹੁਤਾ ਚਿਰ ਦਰਸ਼ਨ ਕਰਨੇ ਚਾਹੁੰਦਾ ਸੀ, ਆਪ ਜੀ ਅੱਜ ਹੀ ਮੈਨੂੰ ਘੱਲਣਾ ਚਾਹੁੰਦੇ ਹੋ? ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਸਾਡੇ 6ਵੇਂ ਸਰੂਪ ਤੱਕ ਤੂੰ ਦਰਸ਼ਨ ਕਰੇਗਾ, 125 ਸਾਲ ਦੀ ਤੇਰੀ ਉਮਰ ਹੋਵੇਗੀ। ਤੇ ਮਹਾਰਾਜ ਨੇ ਵਰ ਦਿੱਤਾ ਤੇ ਨਾਲ ਇਹ ਕਿਹਾ ਕਿ ਅਸੀਂ ਹੋਰ ਭਾਵੇਂ ਕਿਸੇ ਤੋਂ ਅਲੋਪ ਰਹੀਏ ਤੋਂ ਹੱਥੋਂ ਬਾਬਾ ਜੀ ਅਸੀਂ ਗੁਪਤ ਨਹੀਂ ਰਹਾਂਗੇ। ਸੋ ਇਹ ਵੀ ਨਾਲ ਹੀ ਵਰ ਦੇ ਦਿੱਤਾ। 1563 ਵਿੱਚ ਬਾਬਾ ਜੀ ਦਾ ਜਨਮ ਹੋਇਆ, 1688 'ਚ ਸੱਚਖੰਡ ਨੂੰ ਗਮਨ ਕੀਤਾ, 6ਵੇਂ ਪਾਤਸ਼ਾਹ ਜੀ ਗੋਲ ਚ ਰਮਦਾਸ ਵਿੱਚ ਜਿਸ ਵੇਲੇ ਹਰਗੋਬਿੰਦਪੁਰ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਕੇ ਬੁਲਾਇਆ ਸੀਗਾ ਪ੍ਰੇਮ ਦੇ ਨਾਲ। 125 ਸਾਲ ਦੀ ਉਮਰੇ ਬਣਦੀ ਹੈ, ਇੰਨੀ ਉਮਰ ਭੋਗ ਕੇ ਸੱਚਖੰਡ ਨੂੰ ਗਏ ਸੀ। ਉਹ ਬਾਬਾ ਜੀ ਦੇ ਮਿਲਾਪ ਦੇ ਸੰਬੰਧ ਵਿੱਚ ਜਗਿਆਸੂ ਨੂੰ ਉੱਤਮ ਅਧਿਕਾਰੀ ਵੱਲੋਂ ਆਪਣਾ ਭਰ ਕੇ ਰੱਖ ਦਿੱਤਾ। ਸਤਿਗੁਰੂ ਗਰੀਬ ਨਿਵਾਜ ਜੀ ਦੇ ਪਿਆਰੇ ਬਾਬਾ ਬੁੱਢਾ ਸਾਹਿਬ